ਚੀਨ ਜੋ ਅਕਸਰ ਭਾਰਤ ਨੂੰ ਅੱਖਾਂ ਦਿਖਾਉਂਦਾ ਹੈ ਹੁਣ ਭਾਰਤ ਉਸ ਲਈ ਚੁਣੌਤੀ ਬਣੇਗਾ ਹਰ ਇੱਕ ਮਸਲੇ ਦਾ ਖੁੱਲ ਕੇ ਵਿਰੋਧ ਕੀਤਾ ਜਾਵੇਗਾ ਭਾਰਤ ਦੇ ਲਈ ਸਾਲ 2021 ਦੀ ਸ਼ੁਰੂਆਤ ਕਾਫੀ ਖਾਸ ਹੋਣ ਵਾਲੀ ਹੈ 1 ਜਨਵਰੀ ਤੋਂ ਭਾਰਤ ਇੱਕ ਵਾਰ ਫਿਰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ UNSC ਦਾ ਅਸਥਾਈ ਮੈਂਬਰ ਬਣਨ ਲਈ ਤਿਆਰ ਹੈ ਜਿੱਥੇ ਖਾਸ ਹੈ ਕਿ ਸਾਲ 2020 ਵਿੱਚ ਜਿਸ ਤਰ੍ਹਾਂ ਭਾਰਤ ਨੇ ਹਿਮਾਲਿਆ ਤੇ ਚੀਨ ਦੀ ਚੁਣੌਤੀ ਦਾ ਸਾਹਮਣਾ ਕੀਤਾ ਹੈ ਉਸ ਦੇ ਮੱਦੇਨਜ਼ਰ ਦੁਨੀਆ ਭਰ ਦੀਆਂ ਨਜ਼ਰਾਂ ਭਾਰਤ ਤੇ ਟਿਕੀਆਂ ਨੇ ਕਈ ਦੇਸ਼ਾਂ ਨੂੰ ਆਪਣੀ ਹਮਲਾ ਵਾਰਤਾ ਨਾਲ ਪਰੇਸ਼ਾਨ ਕਰਨ ਵਾਲੇ ਚੀਨ ਨੇ UNSC ਵਿੱਚ ਪਾਕਿਸਤਾਨ ਦਾ ਸਾਥ ਦਿੰਦੇ ਹੋਏ ਕਸ਼ਮੀਰ ਦਾ ਮੁੱਦਾ ਚੁੱਕਣ ਦੀ ਵੀ ਕੋਸ਼ਿਸ਼ ਕੀਤੀ ਸੀ ਅਜਿਹੇ ਵਿੱਚ ਇਹ 2 ਸਾਲ ਦੀ ਮੈਂਬਰਸ਼ਿਪ ਭਾਰਤ ਦੇ ਲਈ ਇੱਕ ਵੱਡਾ ਮੌਕਾ ਸਾਬਤ ਹੋ ਸਕਦੀ ਹੈ ਜ਼ਿਕਰ ਖਾਸ ਹੈ ਕਿ ਜੇਕਰ ਚੀਨ ਦੀ ਗੱਲ ਕਰ ਲਈਏ ਤਾਂ ਚੀਨ ਨੇ UNSC ਦੇ ਵਿੱਚ ਆਪਣੀ ਸਥਿਤੀ ਕਾਫੀ ਮਜ਼ਬੂਤ ਕੀਤੀ ਹੋਈ ਹੈ ਚੀਨ ਨੇ ਸੰਯੁਕਤ ਰਾਸ਼ਟਰ ਦੇ ਬਜਟ ਵਿੱਚ ਨਾ ਸਿਰਫ ਯੋਗਦਾਨ ਵਧਾਇਆ ਸਗੋਂ ਉਸ ਦੇ ਕਈ ਸੰਗਠਨਾਂ ਦੇ ਉੱਚ ਅਹੁਦਿਆਂ ਤੇ ਉਸ ਦੇ ਅਧਿਕਾਰੀ ਵੀ ਪਹੁੰਚ ਚੁੱਕੇ ਨੇ ਜੇਕਰ ਹੁਣ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਨੂੰ ਹੁਣ ਕਾਫੀ ਸਾਵਧਾਨ ਰਹਿਣਾ ਪਵੇਗਾ ਪਰਿਸ਼ਦ ਨਾਲ ਜੁੜੇ ਫੈਸਲਿਆਂ ਦੇ ਕੇਂਦਰ ਵਿੱਚ ਭਾਰਤ ਨੂੰ ਆਪਣੇ ਰਾਜਨੀਤਿਕ ਅਤੇ ਰਣਨੀਤਿਕ ਹਿੱਤਾਂ ਦਾ ਖਿਆਲ ਰੱਖਣਾ ਹੋਵੇਗਾ ਚੀਨ ਭਾਰਤ ਦੇ ਖਿਲਾਫ ਕਸ਼ਮੀਰ ਦਾ ਮੁੱਦਾ ਚੁੱਕ ਕੇ ਪਾਕਿਸਤਾਨ ਦੀ ਮਦਦ ਕਰਨ ਦੀ ਕੋਸ਼ਿਸ਼ ਵਿੱਚ ਹੈ ਪਰ ਭਾਰਤ ਉਸ ਦੇ ਖਿਲਾਫ ਹਾਂਗਕਾਂਗ ਅਤੇ ਤਾਈਵਾਨ ਨੂੰ ਲੈ ਕੇ ਉਸ ਦੇ ਤਾਨਾਸ਼ਾਹ ਕਦਮਾਂ ਤੇ ਨਿਸ਼ਾਨਾ ਵਿੰਨ ਸਕਦਾ ਹੈ ਭਾਵੇਂ ਕਿ ਭਾਰਤ ਮਹੱਤਵਪੂਰਨ ਮੁੱਦਿਆਂ ਤੇ ਆਪਣਾ ਵੋਟ ਦੇਣ ਤੋਂ ਬਚਦਾ ਰਿਹਾ ਹੈ ਪਰ ਮਾਹਰਾਂ ਦੀ ਜੇ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੱਕ ਇਸ ਰਣਨੀਤੀ ਦਾ ਸਹਾਰਾ ਨਹੀਂ ਲਿਆ ਜਾ ਸਕਦਾ ਜ਼ਿਕਰ ਖਾਸ ਹੈ ਕਿ ਭਾਰਤ ਦੇ ਲਈ ਕਈ ਮਹੱਤਵਪੂਰਨ ਮੁੱਦੇ ਨੇ ਭਾਰਤ ਦੀ ਅਸਥਾਈ ਮੈਂਬਰਸ਼ਿਪ ਦੇ ਕਾਰਨ ਸਰਹੱਦ ਪਾਰ ਅੱਤਵਾਦ ਨੂੰ ਫੰਡਿੰਗ ਮਨੀ ਲੌਂਡਰਿੰਗ ਕਸ਼ਮੀਰ ਜਿਹੇ ਮੁੱਦਿਆਂ ਤੇ ਭਾਰਤ ਦੀ ਸਥਿਤੀ ਮਜ਼ਬੂਤ ਹੋਵੇਗੀ ਆਓ ਹੁਣ ਜਾਣਦੇ ਹਾਂ ਕਿ UNSC ਹੈ ਕੀ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਸੰਯੁਕਤ ਰਾਸ਼ਟਰ ਸੰਘ ਦੇ 6 ਪ੍ਰਮੁੱਖ ਹਿੱਸਿਆਂ ਵਿੱਚੋਂ ਇੱਕ ਹੈ ਇਸ ਦਾ ਮੁੱਖ ਕੰਮ ਦੁਨੀਆ ਭਰ ਵਿੱਚ ਸ਼ਾਂਤੀ ਅਤੇ ਸੁਰੱਖਿਆ ਯਕੀਨੀ ਕਰਨਾ ਹੁੰਦਾ ਹੈ ਇਸ ਦੇ ਇਲਾਵਾ ਸੰਯੁਕਤ ਰਾਸ਼ਟਰ ਸੰਘ ਵਿੱਚ ਨਵੇਂ ਮੈਂਬਰਾਂ ਨੂੰ ਜੋੜਨਾ ਅਤੇ ਇਸ ਦੇ ਚਾਰਟਰ ਵਿੱਚ ਤਬਦੀਲੀ ਨਾਲ ਜੁੜਿਆ ਕੰਮ ਵੀ ਸੁਰੱਖਿਆ ਪਰਿਸ਼ਦ ਦੇ ਕੰਮ ਦਾ ਹਿੱਸਾ ਹੁੰਦਾ ਹੈ ਇਹ ਪਰਿਸ਼ਦ ਦੁਨੀਆ ਭਰ ਦੇ ਦੇਸ਼ਾਂ ਵਿੱਚ ਸ਼ਾਂਤੀ ਮਿਸ਼ਨ ਵੀ ਭੇਜਦਾ ਹੈ ਜੇਕਰ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਮਿਲਟਰੀ ਕਾਰਵਾਈ ਦੀ ਲੋੜ ਹੁੰਦੀ ਹੈ ਤਾਂ ਸੁਰੱਖਿਆ ਪਰਿਸ਼ਦ ਰੈਜ਼ੋਲੂਸ਼ਨ ਦੇ ਜ਼ਰੀਏ ਉਸ ਨੂੰ ਲਾਗੂ ਵੀ ਕੀਤਾ ਜਾਂਦਾ ਹੈ ਬਿਊਰੋ ਰਿਪੋਰਟ ਅਨਖੀਲਾ ਪੰਜਾਬ TV